ਪੈਣੀ ਪਾਗਾ ਪ੍ਰੋਡਕਸ਼ਨ ਅਤੇ ਮਾਨ ਜਸਵੰਤ ਪੇਸ਼ ਕਰਦੇ ਹਨ। ਮਾਨ ਜਸਵੰਤ ਭੈਣੀ ਬਾਗਾ ਪ੍ਰੋਡਕਸ਼ਨ ਅਤੇ ਅਮਰਜੀਤ ਬੁੱਧਗੜੀਆ ਹੁਸ਼ਿਆਰਪੁਰ ਪੇਸ਼ ਕਰਦੇ ਹਨ ਮੇਰਾ ਪਿੰਡ ਮੇਰੀ ਪੰਚਾਇਤ। ਆਪਣੇ ਪਿੰਡ ਵਿੱਚ ਸ਼ੂਟਿੰਗ ਕਰਵਾਉਣ ਲਈ ਸੰਪਰਕ ਕਰੋ। ਅੱਜ ਤੁਹਾਨੂੰ ਲੈ ਚੱਲਦੇ ਹਾਂ ਮਾਨਸਾ ਜ਼ਿਲ੍ਹਾ ਦੇ ਪਿੰਡ ਭੈਣੀ ਬਾਗਾ ਵਿਖੇ, ਜੋ ਕਿ ਬਠਿੰਡਾ ਮਾਨਸਾ ਰੋਡ 'ਤੇ ਸਥਿਤ ਹੈ। ਆਓ 5000 ਦੀ ਆਬਾਦੀ ਵਾਲੇ ਇਸ ਪਿੰਡ 'ਤੇ ਮਾਰਦੇ ਹਾਂ ਇੱਕ ਝਲਕ। ਆਪਣਾ ਮੁੱਖ ਏਜੰਡਾ ਇਹ ਹੈ ਜੀ, ਆਪਣੇ ਪਿੰਡ ਦੀ ਸਾਫ਼ ਸਫਾਈ ਕਰਨੀ, ਹਰ ਇੱਕ ਲੋਕਾਂ ਦਾ ਸਹਿਯੋਗ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਨਾ ਰਹਿੰਦਾ ਫਰਜ਼। ਜਿਵੇਂ ਕਿ ਆਪਾਂ ਸਟੇਡੀਅਮ ਦਾ ਬੱਚਿਆਂ ਵਾਸਤੇ ਤਿਆਰ ਕਰਨਾ, ਠੀਕ ਹੈ ਜੀ। ਅਤੇ ਬਾਕੀ ਜਿਵੇਂ ਆਪਣਾ ਸੁਖਾਲ ਘਰ ਦਾ ਵਪਾਰ ਬਣਾਇਆ ਹੋਇਆ, ਉਹਦਾ ਕੰਮ ਚੱਲੀ ਜਾਂਦਾ ਕਰਾਈ ਜਾਂਦੀ, ਠੀਕ ਹੈ ਜੀ। ਅਤੇ ਬਾਕੀ ਹੋਰ ਆਪਣਾ ਸਾਫ਼ ਸਫਾਈ ਬਾਰੇ ਗੁੱਝੇ ਲਵਾਏ ਆਪਾਂ ਬਾਸੀ ਟਾਈਮ 'ਤੇ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਪਿੰਡ ਦੇ ਵਿੱਚ ਵੀ ਇਹ ਸਾਰੇ ਗੁੱਝੇ ਲਵਾਉਣੇ ਆ, ਮਤਲਬ ਸਾਰਾ ਸਾਫ਼ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਅਤੇ ਨਾਲ ਸਾਰੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਨਾ ਹੈਗਾ, ਠੀਕ ਹੈ। ਅਤੇ ਦੂਜੇ ਇੱਧਰ ਜੇ ਆਪਣੇ ਸੁਸ਼ਾਨ ਘਰ ਦੂਜੇ ਪਾਸੇ ਆ, ਉੱਥੇ ਵੀ ਆਪਾਂ ਪਾਰਕ ਬਣਾਉਣਾ, ਠੀਕ ਹੈ। ਇਹ ਸਾਰੀ ਭੈਣ ਬੁਣੀ ਬਣਾਈ ਹੋਈ ਹੈ, ਠੀਕ ਹੈ। ਅਤੇ ਆਪਾਂ ਵੱਧ ਤੋਂ ਵੱਧ ਵਿਕਾਸ ਕਰਨ ਦੇ ਨਾਲ ਸਾਰੇ ਲੋਕਾਂ ਨੂੰ ਸਹਿਯੋਗ ਲੈ ਕੇ ਨਾਲ ਚੱਲਣਾ। ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਇਹ ਸਾਰੇ ਮੁੱਦੇ ਲੈ ਕੇ ਇਹਨਾਂ ਦੇ ਵਿੱਚ ਚੋਣ ਲੜੀ ਆ, ਉਹ ਕਰਦੇ ਰਹੇ ਆ ਕੰਮ ਉੱਦਾਂ ਉੱਦਾਂ, ਜਿਵੇਂ ਕਿ ਪਿੰਡ ਦੇ ਇਹਨਾਂ ਨੇ ਸਾਫ਼ ਸਫਾਈ ਦਾ ਦੱਸਿਆ ਜੋ ਕਿ ਬਹੁਤ ਜ਼ਰੂਰੀ ਹੈ, ਔਰ ਸ਼ਮਸ਼ਾਨ ਘਾਟਾਂ ਦੇ ਵਿੱਚ ਪਾਰਕ ਬਣੇ ਆ ਜਾਂ ਹੋਰ ਪਿੰਡ ਦੇ ਵਿੱਚ ਪਾਰਕ ਬਣਾਉਣੇ ਆ ਜਾਂ ਨਸ਼ੇ ਦੇ ਜਾਂ ਕੈਂਪ ਲਾਉਂਦੇ ਆ,
ਹੁਣ ਵੀ ਇਹਨਾਂ ਦੇ ਪਿੰਡ ਇੱਕ ਕੈਂਪ ਲੱਗਣਾ, ਜਿਵੇਂ ਕਿ ਅੱਖਾਂ ਦਾ ਕੈਂਪ ਲੱਗ ਰਿਹਾ 15 ਤਰੀਕ ਨੂੰ ਇਹਨਾਂ ਨੇ ਦੱਸਿਆ। ਇਹਦੇ ਵਿੱਚ ਇਸ ਕਰਕੇ ਸਰਪੰਚ ਸਾਹਿਬ ਜੀ ਦੇ ਨਾਲ ਪੂਰਾ ਪਿੰਡ ਦਾ ਸਾਥ ਹੈ ਔਰ ਇੱਕ ਵਧੀਆ ਸੋਚ ਨੂੰ ਲੈ ਕੇ ਇਹਨਾਂ ਨੇ ਇਹ ਮੁੱਦਾ ਚੱਕਿਆ ਹੋਇਆ। ਇਹ ਸਭ ਸਰਪੰਚ ਪਿੰਡ ਭੈਣੀ ਬਾਗਾ ਦੇ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਇਹਦੇ ਨਾਲ ਹੁਣ ਪਿੰਡ ਭੈਣੀ ਬਾਗਾ ਦੇ ਵਾਰਡ ਨੰਬਰ 6 ਦੇ ਪੰਚਾਇਤ ਮੈਂਬਰ ਜੋ ਕਿ ਹਰਬੰਸ ਕੌਰ ਨੇ, ਉਹ ਜਿਹੜੇ ਇਹ ਚੋਣ ਲੜੇ ਆ ਕੀ ਮੁੱਦੇ ਨੂੰ ਲੈ ਕੇ ਲੜੇ ਆ। ਹਾਂਜੀ ਮਿੱਠੂ ਜੀ, ਸਤਿ ਸ਼੍ਰੀ ਅਕਾਲ ਜੀ। ਮਿੱਠੂ ਸਿੰਘ ਜਿਹੜੇ ਕਿ ਹਰਬੰਸ ਕੌਰ ਜੀ ਦੇ ਘਰ ਵਾਲੇ ਨੇ, ਮੈਂਬਰ ਨੇ ਜੋ 6 ਵਾਰਡ ਦੇ ਵਿੱਚੋਂ ਕਿ ਪੰਚਾਇਤ ਨਾਲ ਪੂਰਾ ਸਹਿਯੋਗ ਕਰ ਰਹੇ ਆ, ਅਤੇ ਬਹੁਤ ਸਾਨੂੰ ਖੁਸ਼ੀ ਹੈ ਕਿ ਪੂਰੀ ਪੰਚਾਇਤ ਇੱਕ ਮੁੱਠ ਹੋ ਕੇ ਕੰਮ ਕਰ ਰਹੀ ਹੈ ਪਿੰਡ ਦੇ ਵਿੱਚ। ਮੇਰੇ ਨਾਲ ਹੁਣ ਮੌਜੂਦ ਨੇ ਪੰਚ ਜਗਰੂਪ ਸਿੰਘ ਜੋ ਕਿ ਵਾਰਡ ਨੰਬਰ 11 ਦੇ ਵਿੱਚੋਂ ਬਹੁਤ ਸੰਮਤੀ ਨਾਲ ਚੁਣੇ ਗਏ ਆ, ਔਰ ਇਹਨਾਂ ਨੂੰ ਪੁੱਛਦੇ ਹਾਂ ਕਿ ਵਿਕਾਸ ਬਾਰੇ, ਪਿੰਡ ਦੇ ਕੰਮਾਂ ਬਾਰੇ ਇਹਨਾਂ ਦਾ ਕੀ ਖਿਆਲ ਹੈ, ਇਹ ਕੀ ਚਾਹੁੰਦੇ ਆ, ਪਿੰਡ ਦੇ ਵਿੱਚ ਕੀ ਕੰਮ ਹੋਣੇ ਚਾਹੀਦੇ ਆ। ਪਿੰਡ ਦੇ ਵਿੱਚ ਅਸੀਂ ਸਾਰੇ ਚੰਗੇ ਕੰਮ ਹੀ ਕਰਨੇ ਚਾਹੁੰਦੇ ਹਾਂ, ਵੀ ਜਿਵੇਂ ਕੋਈ ਮੀਂਹ ਆ ਕੇ ਹਾਂਜੀ ਪਿੰਡ ਦੇ ਪਾਰਕ ਲਾਉਣੇ, ਹਾਂਜੀ ਹਾਂਜੀ, ਅਤੇ ਪਿੰਡ ਦਾ ਸਾਰੇ ਕੰਮ ਸਹੀ ਕਰਨੇ ਚਾਹੀਦੇ ਜੀ। ਠੀਕ ਹੈ ਜੀ, ਕਿਸੇ ਅਸੀਂ ਪੱਖਵਾਈ ਵਾਲੀ ਗੱਲ ਨਹੀਂ ਕਰਨੀ, ਅਤੇ ਹੁਣ ਪਾਰਕ ਆਪਣਾ ਗੁੱਜੇ ਲਵਾਈ ਲੱਗੇ ਸਫਾਈ ਕਰੀ ਹੈ। ਠੀਕ ਹੈ ਜੀ, ਉਹ ਵੀ ਸਾਨੂੰ ਵਧੀਆ ਸਾਰੇ ਰਲ ਕੇ ਸਾਰੇ ਕਲੱਬਾਂ ਦੇ ਮੁੰਡਿਆਂ ਨਾਲ ਰੱਖੀ। ਠੀਕ ਹੈ, ਉਹਨਾਂ ਦਾ ਸਹਿਯੋਗ ਨਾਲ, ਠੀਕ ਹੈ, ਸਾਡਾ ਤਾਂ ਸਹਿਯੋਗ ਹੈ ਨਹੀਂ। ਜਿਹੜੇ ਪਿੰਡਾਂ ਦੇ ਵਿੱਚ ਸਿੱਖਦੇ ਹੁੰਦੇ ਆ, ਕੋਈ ਰੌਲੇ ਬੋਲੇ ਹੁੰਦੇ ਆ, ਉਹ ਕੀ ਤੁਸੀਂ ਇੱਥੇ ਨਿਬੇੜਦੇ ਹੋ ਜਾਂ ਉਹਨੂੰ ਫਿਰ ਥਾਣਿਆਂ 'ਚ ਜਾ ਕੇ ਨਿਬੇੜਦੇ ਹੋ? ਹਾਂਜੀ, ਅਸੀਂ ਤਾਂ ਚੋਣ ਵੇਲੇ ਕਹਿੰਦਾ ਸਰ, ਅਸੀਂ ਸਾਰੇ ਪੰਜਾਬ ਨੇ ਵੀ ਥਾਣੇ ਤਾਂ ਕਿਸੇ ਬੰਦੇ ਨੂੰ ਨਹੀਂ ਜਾਣਾ। ਠੀਕ ਹੈ ਜੀ, ਵੀ ਅਸੀਂ ਆਪਾਂ ਇੱਥੇ ਨਿਬੇੜਿਆ ਕਰਾਂ ਵੀ ਕਿਵੇਂ ਨਿਬੇੜੀਏ। ਠੀਕ ਹੈ ਜੀ, ਹੈ ਅਸੀਂ ਤਾਂ ਇੱਥੇ ਨਿਬੇੜ ਕੇ ਖੁਸ਼ ਹੈ, ਤੁਹਾਨੂੰ ਸਾਨੂੰ ਆਪ ਨੂੰ ਮਿਲ ਕੇ ਆਈ ਪਹਿਲੀ ਹੱਥੋਂ ਮੈਡਮ ਕਿਸੇ ਦੇ। ਠੀਕ ਹੈ ਜੀ, ਅਸੀਂ ਇੱਥੇ ਨਿਬੇੜ ਕੇ ਖੁਸ਼ ਹਾਂ। ਸਤਿ ਸ਼੍ਰੀ ਅਕਾਲ ਜੀ, ਹੁਣ ਸਾਡੇ ਨਾਲ ਅਮਰਪਾਲ ਕੌਰ ਜੋ ਕਿ ਵਾਰਡ ਨੰਬਰ 7 ਤੋਂ ਜਿੱਤੇ ਹੋਏ ਨੇ ਪੰਚ ਨੇ, ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦਾ ਕੀ ਰਾਏ ਆ ਜਿਹੜੇ ਪਿੰਡ ਦੇ ਵਿਕਾਸ ਕਰਨੇ ਆ ਉਹਨਾਂ ਦੇ ਕੰਮਾਂ ਬਾਰੇ। ਅਸੀਂ ਪਿੰਡ ਦਾ ਵਿਕਾਸ ਬਹੁਤ ਵਧੀਆ ਕਰ ਰਹੇ ਹਾਂ, ਕਿਉਂਕਿ ਅਸੀਂ ਗਲੀਆਂ ਨਾਲੀਆਂ ਦੀ ਚੰਗੀ ਤਰ੍ਹਾਂ ਸਫਾਈ ਰਖਾਉਣੀ ਹੈ। ਠੀਕ ਹੈ ਜੀ, ਇੱਕ ਦੂਸਰਾ ਨੰਬਰ ਕਿਉਂਕਿ ਅੱਡਿਆਂ ਤੇ ਧਰਮਸ਼ਾਲਾ ਸਕੂਲਾਂ ਦੇ ਆਲੇ ਦੁਆਲੇ ਪੌਦੇ ਲਗਾਏ ਜਾਣੇ ਹੈ, ਇਹ ਅਸੀਂ ਪਿੰਡ ਦਾ ਵਿਕਾਸ ਕਰਨਾ। ਬਾਕੀ ਅਸੀਂ ਜੋ DJ ਬੱਚਿਆਂ ਨੂੰ ਪਰੇਸ਼ਾਨ ਕਰਦੇ ਸੀ ਪੜ੍ਹਾਈ ਕਾਰਨ, ਪੇਪਰਾਂ ਦੇ ਦਿਨ ਨੇੜੇ ਸੀਗੇ ਤੇ ਉਹ DJ ਦਾ 10 ਵਜੇ ਤੱਕ ਮਤਾ ਪਾਇਆ ਜੀ। ਠੀਕ ਹੈ ਜੀ, ਦੂਸਰਾ ਇਹ ਇੱਕ ਜੋ ਮਠਿਆਈਆਂ ਬਣਾਈਆਂ ਜਾਂਦੀਆਂ ਸੀ ਭੋਗਾਂ ਤੇ, ਉਹ ਅਸੀਂ ਮਠਿਆਈਆਂ ਬੰਦ ਕੀਤੀਆਂ, ਕਿਉਂਕਿ ਅਮੀਰ ਤਾਂ ਹਰ ਇੱਕ ਹੀ ਬਣਾ ਲੈਂਦਾ, ਗਰੀਬ ਨੂੰ ਇਹਦੇ ਵਿੱਚ ਪਰੇਸ਼ਾਨ ਆਉਂਦੀ ਸੀ, ਪਰੇਸ਼ਾਨੀ ਆਉਂਦੀ ਕਾਰਨ ਤੇ ਇਹ ਬੰਦ ਕੀਤੀਆਂ ਗਈਆਂ। ਔਰ ਹੋਰ ਜੋ ਤੁਹਾਡੀਆਂ ਗਲੀਆਂ ਨਾਲੀਆਂ ਜੋ ਕਿ ਤੁਹਾਡੇ ਵਾਰਡ ਦੇ ਜੋ ਵੀ ਪਰੇਸ਼ਾਨੀਆਂ ਤੁਹਾਨੂੰ ਜਿਤਾਇਆ ਤਾਂ ਕੁਛ ਵਾਰਡ ਨੇ ਤੁਹਾਡੇ ਮੂਹਰੇ ਮੰਗ ਰੱਖੀ ਹੋਣੀ ਵੀ ਅਸੀਂ ਆਹ ਕਰਨਾ, ਕਿ ਉਹ ਗਲੀਆਂ ਗੁਲੀਆਂ ਉਹ ਵੀ ਤੁਹਾਡੇ ਕੁਛ ਹੁੰਦੇ ਹੈਗੇ? ਹਾਂਜੀ, ਉਹ ਗਲੀਆਂ ਵੀ ਬਣਾਉਣੀਆਂ ਨੇ ਪੱਕੀਆਂ, ਜੋ ਕੱਚੀਆਂ ਗਲੀਆਂ ਨੇ ਗੁਰੂ ਘਰ ਦੇ ਰਸਤੇ ਦੇ, ਉਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਰੱਖਣੀ ਤੇ ਬਸ ਪੱਕੀਆਂ ਗਲੀਆਂ ਹੋਣਾ। ਇਹਨਾਂ ਦੀ ਬਹੁਤ ਵਧੀਆ ਸੋਚ ਹੈ ਜੀ, ਵਧੀਆ ਇਹ ਸਾਡੀ ਪੰਚਾਇਤ ਦੀ ਸੋਚ ਆ, ਔਰ ਸਾਰੀ ਪੰਚਾਇਤ ਰਲ ਕੇ ਕੰਮ ਕਰ ਰਹੀ ਹੈ, ਔਰ ਅਸੀਂ ਵੀ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਹਰ ਇੱਕ ਪੰਚਾਇਤ ਇਸ ਤਰ੍ਹਾਂ ਰਲ ਮਿਲ ਕੇ ਕੰਮ ਕਰੇ ਅਤੇ ਪਿੰਡ ਨੂੰ ਸੁੰਦਰ ਬਣਾਵੇ ਅਤੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਹੁਣ ਸਾਡੇ ਨਾਲ ਪੰਚ ਮੌਜੂਦ ਨੇ ਸਰਬਜੀਤ ਕੌਰ ਜੋ ਕਿ ਵਾਰਡ ਨੰਬਰ 5 ਤੋਂ ਨੇ, ਅਤੇ ਨਾਲ ਉਹਨਾਂ ਦੇ ਘਰ ਵਾਲੇ ਨੰਬਾ ਸਿੰਘ ਜੀ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੇ ਆਪਣੇ ਪਿੰਡ ਦੇ ਵਿਕਾਸ ਵਾਸਤੇ, ਆਪਣੇ ਵਾਰਡ ਵਾਸਤੇ ਕੀ ਕੁਛ ਕੀਤਾ, ਕਿੰਨੀ ਇਹਨਾਂ ਦੇ ਵਾਰਡ ਦੇ ਵਿੱਚ ਵੋਟ ਹੈ, ਔਰ ਕੀ ਮੁੱਦਾ ਲੈ ਕੇ ਇਹ ਚੋਣ ਲੜੇ ਹੈ, ਕੀ ਕੁਛ ਇਹ ਕਰ ਰਹੇ ਆ ਪਿੰਡ ਦੇ ਵਿੱਚ? ਆਪਾਂ ਇਹ ਮੁੱਦਾ ਲੈ ਕੇ ਬਣਿਆ ਬਾਈ ਜੀ ਵੀ ਪਿੰਡ ਦੇ ਵਿਕਾਸ ਕਰਾਉਣੇ ਨੇ, ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕਰਨੇ ਨੇ, ਪਿੰਡ ਦੇ ਸਾਂਝੇ ਕੰਮ ਸਾਰੇ ਕਰਾਈ ਜਾਂਦੇ ਆ। ਠੀਕ ਹੈ ਜੀ, ਢਿੱਲੋ ਪੱਤੀ ਧਰਮਸ਼ਾਲਾ ਦੇ ਵਿੱਚ ਇੱਕ ਸੈੱਡ ਬਣੀ ਜਾਂਦਾ ਗਾ। ਠੀਕ ਹੈ ਜੀ, ਉਹਦੀ ਗ੍ਰਾਂਟ ਲਿਆਉਂਦੀ ਸੀ 2.5 ਲੱਖ ਰੁਪਇਆ, ਉੱਥੇ ਕੰਮ ਚੱਲੀ ਜਾਂਦਾ। ਬਾਕੀ ਢਿੱਲੋ ਪੱਤੀ 3 ਪੱਤੀਆਂ ਦੇ ਸ਼ਮਸ਼ਾਨ ਘਾਟ ਆ, ਉੱਥੇ ਪਾਰਕ ਬਣੀ ਜਾਂਦਾ, ਸ਼ੁਰੂ ਕਰਿਆ ਪਿਆ ਗਾ। ਠੀਕ ਹੈ ਜੀ, ਉੱਥੇ ਕੰਮ ਚੱਲੀ ਜਾਂਦਾ। ਬਾਕੀ ਆਪਾਂ ਤਾਂ ਇਹ ਕੰਮ ਲੈ ਕੇ ਚੱਲੇ ਹੋਏ ਹਾਂ ਵੀ ਸਾਰੇ ਲੋਕਾਂ ਨੂੰ ਇੱਕ ਸਮਝਣਾ, ਪਿੰਡ ਦੇ ਵਿੱਚ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕੰਮ ਕਰਾਂਗੇ। ਠੀਕ ਆ ਜੀ, ਆਓ ਜੀ, ਅਸੀਂ ਤੁਹਾਨੂੰ ਹੁਣ ਦਿਖਾਉਂਦੇ ਹਾਂ ਪਿੰਡ ਭੈਣੀ ਬਾਗ ਦਾ ਸ਼ਮਸ਼ਾਨ ਘਾਟ, ਜੋ ਕਿ ਇਹਦੇ ਵਿੱਚ ਬਹੁਤ ਵਧੀਆ ਹੀ ਪੰਚਾਇਤ ਨੇ ਇੱਕ ਪਾਰਕ ਤਿਆਰ ਕੀਤਾ ਹੈ। ਆਓ ਤੁਹਾਨੂੰ ਇਸ ਪਾਰਕ ਦੇ ਦਰਸ਼ਨ ਕਰਾਂ।
ਸਹੂਲਤਾਂ ਔਰ ਇਹਨਾਂ ਦੇ ਸਟਾਫ ਨਾਲ ਮਿਲਾਉਂਦੇ ਹਾਂ ਜੇ ਪੁੱਛਦੇ ਹਾਂ ਕਿ ਸਕੂਲ ਦੇ ਵਿੱਚ ਕਿੰਨੇ ਬੱਚੇ ਹੈ ਔਰ ਕਿਹੋ ਜਿਹੀਆਂ ਸਹੂਲਤਾਂ ਮਿਲ ਰਹੀਆਂ ਕਿਹੋ ਜਿਹਾ ਖਾਣਾ ਬੱਚਿਆਂ ਨੂੰ ਦੇ ਰਹੇ ਆ ਇੱਥੇ ਆਓ ਜੀ ਮਿਲਾਉਂਦੇ ਹਾਂ ਤੁਹਾਨੂੰ ਇਸ ਸਟਾਫ ਦੇ ਸਾਡੇ ਸਕੂਲ ਵਿੱਚ ਕੁੱਲ 180 ਬੱਚੇ ਹਨ 180 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਸੱਤ ਅਸੀਂ ਸਟਾਫ ਮੈਂਬਰ ਕੰਮ ਕਰਦੇ ਹਾਂ ਅਸੀਂ ਆਪਣੀ ਤਨਦੇਹੀ ਨਾਲ ਪੜ੍ਹਾ ਰਹੇ ਹਾਂ ਸਾਨੂੰ ਪਿੰਡ ਵੱਲੋਂ ਮੰਗਣ 'ਤੇ ਕੁਛ ਨਾ ਕੁਛ ਸਹਿਯੋਗ ਤਾਂ ਦਿੱਤਾ ਜਾਂਦਾ ਪਰ ਸਕੂਲ ਵਿੱਚ ਬਹੁਤ ਜ਼ਿਆਦਾ ਘੱਟ ਹਨ ਜਿਵੇਂ ਕਿ ਸਫਾਈ ਦਾ ਇੱਥੇ ਕੋਈ ਪ੍ਰਬੰਧ ਨਹੀਂ ਅਸੀਂ ਆਪ ਜੀ ਪ੍ਰਬੰਧ ਕਰਕੇ ਆਪਦੇ ਕੋਲ ਸਫਾਈ ਕਰਵਾ ਰਹੇ ਹਾਂ ਅਤੇ ਬਿੱਲ ਵਗੈਰਾ ਭਰਨ ਵਾਸਤੇ ਵੀ ਸਾਨੂੰ ਕੋਈ ਫੰਡ ਸਰਕਾਰ ਵੱਲੋਂ ਨਹੀਂ ਦਿੱਤਾ ਜਾਂਦਾ ਸਾਨੂੰ ਬਿਜਲੀ ਦਾ ਬਿੱਲ ਭਰਨ ਵਾਸਤੇ ਵੀ ਬਹੁਤ ਜ਼ਿਆਦਾ ਦਿੱਕਤ ਸਰਕਾਰ ਵੱਲੋਂ ਬੱਚਿਆਂ ਨੂੰ ਇੱਥੇ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਮੁਫਤ ਵਰਦੀਆਂ ਦੀ ਸਹੂਲਤ ਦਿੱਤੀ ਜਾਂਦੀ ਆ ਸਮੇਂ ਸਿਰ ਬੱਚਿਆਂ ਨੂੰ ਵਜ਼ੀਫਾ ਵੀ ਦਿੱਤਾ ਜਾਂਦਾ SGMR ਬੱਚਿਆਂ ਨੂੰ 2000 ਰੁਪਇਆ ਪਰ ਵਿਦਿਆਰਥੀ ਵਜ਼ੀਫਾ ਉਹਨਾਂ ਦੇ ਅਕਾਊਂਟ ਵਿੱਚ ਸਰਕਾਰ ਵੱਲੋਂ ਪਾਇਆ ਗਿਆ ਅਤੇ ਮੈਂ ਪੂਰੀ ਸਹਿਯੋਗ ਕਰਦੀ ਹਾਂ ਕਿ ਇਸ ਸਕੂਲ ਵਿੱਚ ਜੋ ਵੀ ਘਾਟਾ ਹੈ ਇਹ ਪਿੰਡ ਵਾਸੀ ਇਹਨਾਂ ਘਾਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਬੇਨਤੀ ਕਰਾਂਗੇ ਕਿ ਉਹ ਸਕੂਲ ਦਾ ਧਿਆਨ ਰੱਖਣ ਇੱਥੋਂ ਹੀ ਬੱਚਿਆਂ ਨੇ ਜਾ ਕੇ ਬਾਹਰ ਤਰੱਕੀਆਂ ਕਰਨੀਆਂ ਸਾਰੀਆਂ ਕਿਉਂਕਿ ਜੇ ਆਪਣੇ ਮਕਾਨ ਦੀ ਨੀਂਹ ਮਾੜੀ ਹੋਊਗੀ ਤਾਂ ਉਹ ਮਕਾਨ ਵਾਜਾ ਤਰ ਨਹੀਂ ਖੜਾ ਰੱਖਦਾ ਇਸ ਕਰਕੇ ਅਸੀਂ ਪੰਚਾਇਤ ਨੂੰ ਵੀ ਇਹ ਕਹਿੰਦੇ ਹਾਂ ਵੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪਿੰਡ ਦਾ ਪੂਰਾ ਧਿਆਨ ਰੱਖਣ ਸਕੂਲ ਦਾ ਵੀ ਨਾਲ ਪੂਰਾ ਧਿਆਨ ਰੱਖਣ ਅਤੇ ਕਿ ਜੇ ਖਾਣਾ ਬੱਚਿਆਂ ਨੂੰ ਦਿੱਤਾ ਜਾਵੇ ਜੀ ਉਹ ਕਹਿੰਦੇ ਬੱਚਿਆਂ ਨੂੰ ਸਾਰਾ ਖਾਣਾ ਮਿਡ ਡੇ ਮੀਲ ਵਰਦੀਆਂ ਅਤੇ ਕੋਈ ਵੀ ਇਹਨਾਂ ਦੀ ਫੀਸ ਨਹੀਂ ਹੈਗੀ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਿਤਾਬਾਂ ਫਰੀ ਹੈ ਸਕੂਲ ਦੀਆਂ ਜਿਹੜੀਆਂ ਫੀਸਾਂ ਹੈ ਨਾ ਮਾਤਰ ਹੈ ਮੈਂ ਆਪਣੇ ਵੱਲੋਂ ਅਤੇ ਮੇਰੇ ਅਧਿਆਪਕਾਂ ਵੱਲੋਂ ਸਾਰੇ ਪਿੰਡ ਨਿਵਾਸੀਆਂ ਨੂੰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਸਾਡੇ ਸਕੂਲ ਦੇ ਵਿੱਚ ਸਮਾਰਟ ਸਕੂਲ ਦੇ ਵਿੱਚ ਵੱਧ ਤੋਂ ਵੱਧ ਦਾਖਲਾ ਕਰਾਓ ਅਤੇ ਸਕੂਲ ਦੇ ਵਿੱਚ ਸਾਇੰਸ ਗਰੁੱਪ ਵੋਕੇਸ਼ਨ ਗਰੁੱਪ ਕਮਿਊਨਿਟੀ ਗਰੁੱਪ ਚੱਲ ਰਿਹਾ ਸਾਡੇ ਕੋਲ ਕੁਛ ਕੁ ਕਮਰਿਆਂ ਦੀ ਕਮੀ ਹੈ ਅਤੇ ਇਹ ਵੀ ਲੋਕਾਂ ਕੋਲ ਪੰਚਾਇਤ ਕੋਲ ਅਤੇ SMC ਕੋਲ ਅਪੀਲ ਕਰੂੰਗਾ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਸਕੂਲ ਨੂੰ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਤਾਂ ਕਿ ਜਿਹੜੀ ਕਮਰਿਆਂ ਦੀ ਘਾਟ ਹੈ ਉਹ ਅਸੀਂ ਪੂਰੀ ਕਰ ਸਕੀਏ ਬਾਕੀ ਸਾਡੇ ਸਕੂਲ ਦੇ ਵਿੱਚ ਤਕਰੀਬਨ ਮੇਰੇ ਅਧਿਆਪਕਾਂ ਦੇ ਅਤੇ ਮੇਰੇ ਸਹਿਯੋਗ ਨਾਲ ਪਹਿਲਾਂ CCTV ਕੈਮਰੇ ਲੱਗੇ ਸੀ ਜਿਹੜੀ ਬਾਉਂਡਰੀ ਵਾਲ ਹੈ ਉਹ ਕੀਤੀ ਗਈ ਹੈ ਹੁਣ ਵੀ ਅਸੀਂ ਸਾਰੇ ਲਾਗੂ ਕੇ ਤਕਰੀਬਨ 1.25 ਲੱਖ ਰੁਪਏ ਤੋਂ ਪਹਿਲਾਂ ਇਕੱਠਾ ਕਰ ਚੁੱਕੇ ਹਾਂ ਜਿਹੜਾ ਕਿ ਸਿਰਫ ਸਾਡੇ ਪੁਰਾਣੇ ਸਟੂਡੈਂਟ ਸੀ ਜਾਂ ਮੇਰੇ ਅਧਿਆਪਕ ਸੀਗੇ ਉਹਨਾਂ ਵੱਲੋਂ ਆ ਮੈਂ ਫਿਰ ਇੱਕ ਵਾਰੀ ਪੰਚਾਇਤ ਨੂੰ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਅਤੇ ਜਿਹੜੇ ਮੇਰੇ ਕੋਲ ਫੀਡਿੰਗ ਸਕੂਲ ਦੇ ਬੱਚੇ ਆ ਉਹਨਾਂ ਦੇ ਪਿੰਡ ਵਾਲਿਆਂ ਨੂੰ ਅਪੀਲ ਕਰੂੰਗਾ ਵੀ ਸਕੂਲ ਨੂੰ ਦਿਲ ਖੋਲ੍ਹ ਕੇ ਦਾਨ ਦੇਣ ਅਤੇ ਇੱਕ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਤੁਹਾਡਾ ਦਿੱਤਾ ਹੋਇਆ ਨਵਾਂ ਨਵਾਂ ਪੈਸਾ ਬਿਲਕੁਲ ਸਹੀ ਜਗ੍ਹਾ 'ਤੇ ਲਾਊਗਾ ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਪਿੰਡ ਭੈਣੀਵਾਲ ਦੀ ਸਰਕਾਰੀ ਡਿਸਪੈਂਸਰੀ ਦੇ ਵਿੱਚ ਉਹ ਮਾਰਦੇ ਹਾਂ ਇੱਥੋਂ ਦੀ ਡਿਸਪੈਂਸਰੀ ਦੇ ਇੱਕ ਚੱਲ ਕੇ ਮਿਲਦੇ ਹਾਂ ਉਹਦੇ ਸਟਾਫ
ਸਾਡੇ ਨਾਲ ਨੇ ਪਿੰਡ ਭੈਣੀ ਬਾਗਾ ਦੇ ਪੰਚ ਬਾਬੂ ਰਾਮ ਸ਼ਰਮਾ ਜੀ ਵਾਰਡ ਨੰਬਰ 9 ਤੋਂ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਉਹਨਾਂ ਨੂੰ ਪੁੱਛਦੇ ਹਾਂ ਕਿ ਜੋ ਨੇ ਨਵੀਂ ਪੰਚਾਇਤ ਬਣੀ ਹੈ ਆਪਣੇ ਪਿੰਡ ਦੇ ਵਿਕਾਸ ਬਾਰੇ ਉਹ ਕੀ ਕਰਨਾ ਚਾਹੁੰਦੇ ਆ ਕੀ ਉਹਨਾਂ ਦੀ ਸੋਚ ਆ ਜੋ ਵੀ ਨਾਲੀਆਂ ਗਲੀਆਂ ਬਾਕੀ ਪਈਆਂ ਨੇਗੀਆਂ ਜਾਂ ਕੱਚੀਆਂ ਨਾਲੀਆਂ ਅਸੀਂ ਉਹਨਾਂ ਦੇ ਪੱਕਾ ਕਰਨਾ ਚਾਹੁੰਦੇ ਹਾਂ ਠੀਕ ਹੈ ਜੀ ਜੇ ਬਾਕੀ ਪਿੰਡ ਦੀ ਸਫਾਈ ਸਵੱਛ ਵਿਭਾਗ ਦੇ ਅਧੀਨ ਬਹੁਤ ਵਧੀਆ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਸਫਾਈ ਪਹਿਲਾਂ ਹੁਣ ਕਰੀ ਵੀ ਹੈ ਆਪਣੇ ਵਾਰਡ ਦੀ ਸਾਰੇ ਦੀ ਅਤੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਵਧੀਆ ਸਫਾਈ ਕਰੀ ਹੈ ਅਤੇ ਬਾਕੀ ਜਿਹੜੇ ਸਾਡੀਆਂ ਬੀਜੀਆਂ ਨੇ ਤਕਰੀਬਨ ਜਿਹੜੀ ਸਾਡੀ ਬੀਜੀ ਹੈ ਵਾਰਡ ਨੰਬਰ 9 ਦੀ ਅਤੇ 10 ਦੀ ਠੀਕ ਹੈ ਉਹ 25 ਸਾਲ ਪਹਿਲਾਂ ਬਣੀ ਹੋਈ ਹੈ ਠੀਕ ਹੈ ਅਸੀਂ ਉਹਨੂੰ ਦੁਬਾਰਾ ਪੱਕੀ ਕਰਨ ਦੀ ਕੋਸ਼ਿਸ਼ ਕਰਾਂਗੇ ਪੰਚਾਇਤ ਦੇ ਥਰੂ ਸਰਪੰਚ ਦੇ ਥਰੂ ਪਿੰਡ ਦੀ ਮਦਦ ਨਾਲ ਸਾਰੇ ਪੰਚ ਅਸੀਂ ਇੱਕਾਂ ਸਾਰੇ ਅਸੀਂ ਵਿਕਾਸ ਕਰਨਾ ਚਾਹੁੰਦੇ ਚੰਗਾ ਵਿਕਾਸ ਕਰਾਂਗੇ ਸਾਡੀ ਇੱਛਾ ਹੈ ਅਸੀਂ ਕੋਈ ਵੀ ਇਹੋ ਜਿਹਾ ਜਿਹੜਾ ਝਗੜਾ ਹੋਊਗਾ ਅਸੀਂ ਥਾਣੇ ਨਹੀਂ ਜਾਣ ਦੇਵਾਂਗੇ ਸਿਰਫ ਸਾਡੇ ਬਸ 'ਚ ਹੋਊਗਾ ਅਸੀਂ ਪਿੰਡ 'ਚ ਹੀ ਨਿਬੇੜ ਕੇ ਅਸੀਂ ਉਹਨਾਂ ਨੂੰ ਸਮਝੌਤਾ ਕਰਕੇ ਅਸੀਂ ਉਹਨਾਂ ਦਾ ਧੰਨਵਾਦੀ ਹੋਵਾਂਗੇ ਹੁਣ ਸਾਡੇ ਨਾਲ ਪਿੰਡ ਭੈਣੀ ਬਾਗਾ ਦੇ ਪੰਚ ਸੁਖਜਿੰਦਰ ਸਿੰਘ ਜੋ ਕਿ ਵਾਰਡ ਨੰਬਰ 10 ਤੋਂ ਬਹੁਤ ਸੰਮਤੀ ਨਾਲ ਚੁਣੇ ਗਏ ਆ ਉਹਨਾਂ ਨੂੰ ਅੱਜ ਵੀ ਪੁੱਛਦੇ ਹਾਂ ਅਸੀਂ ਕਿ ਇਹਨਾਂ ਨੇ ਆਪਣੇ ਵਾਰਡ ਦੇ ਵਾਸਤੇ ਜੋ ਵਾਅਦੇ ਕੀਤੇ ਸੀ ਜੋ ਵੀ ਲੋਕਾਂ ਨੂੰ ਇਹਨਾਂ 'ਤੇ ਵਿਸ਼ਵਾਸ ਜਿਤਾਇਆ ਹੋਇਆ ਇਹ ਉਹਨਾਂ ਦਾ ਵਿਸ਼ਵਾਸ ਕਿਵੇਂ ਪੂਰਾ ਕਰਨਗੇ ਇਹਨਾਂ ਨਾਲ ਗੱਲ ਕਰਦੇ ਹਾਂ ਅਸੀਂ ਆਪਣੇ ਵਾਰਡ ਵਾਸਤੇ ਪੂਰੇ ਪਿੰਡ ਵਾਸਤੇ ਚਾਹੁੰਦੇ ਹਾਂ ਵੀ ਸਰਬ ਪੱਖੀ ਵਿਕਾਸ ਹੋਵੇ ਪਿੰਡ ਦਾ ਹਰੇਕ ਪੱਖੋਂ ਹੋਵੇ ਠੀਕ ਹੈ ਜੀ ਸਿਹਤ ਪੱਖੋਂ ਸਮਾਜ ਪੱਖੋਂ ਲੋਕਾਂ 'ਚ ਸੁਧਾਰ ਹੋਵੇ ਠੀਕ ਹੈ ਜੀ ਬਾਕੀ ਅਸੀਂ ਕਰ ਵੀ ਰਹੇ ਹਾਂ ਪਹਿਲਾਂ ਗਲੀਆਂ ਦੀ ਸਫਾਈ ਕੀਤੀ ਹੈ ਗਲੀਆਂ ਨਾਲੀਆਂ ਦੀ ਅਤੇ ਪਿੰਡ 'ਚ ਬੂਟੇ ਆਪਾਂ ਸ਼ਾਨਦਾਰ ਲਾਏ ਨੇ ਬਸ ਸਟੈਂਡ 'ਤੇ ਆਪਣਾ ਸ਼ਮਸ਼ਾਨ ਘਾਟ 'ਚ ਠੀਕ ਹੈ ਵਗੈਰਾ ਕੀਤਾ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਸਰਬ ਪੱਖੋਂ ਪੱਕੀ ਵਿਕਾਸ ਹੋਵੇ ਪਿੰਡ ਦਾ ਕਿਉਂਕਿ ਅਸੀਂ ਸੁਧਾਰ ਲਿਆਉਂਦੇ ਜਿਹੜੇ ਭੋਗਾਂ ਦੇ ਲੋਕ ਨਜਾਇਜ਼ ਖਰਚੇ ਕਰਦੇ ਆ ਠੀਕ ਹੈ ਜੀ ਅਸੀਂ ਪਿੰਡ 'ਚ ਮਿਠਾਈਆਂ ਜਲੇਬੀਆਂ ਵਗੈਰਾ ਬੰਦ ਕੀਤੀਆਂ ਨੇ ਵੀ ਸਾਡਾ ਲੰਗਰ ਛਕਾਓ ਲੋਕਾਂ ਨੂੰ ਠੀਕ ਹੈ ਜੀ ਵੀ ਤੂੰ ਭੋਗ 'ਤੇ ਆਉਂਦਾ ਗਾ ਠੀਕ ਹੈ ਜੀ ਇੱਕ ਮੋੜ ਦੀਆਂ ਮਕਾਨਾਂ ਅਸੀਂ ਬੰਦ ਕੀਤੀਆਂ ਨੇਗੀਆਂ ਠੀਕ ਹੈ ਜੀ ਹੋਰ ਵੀ ਅਸੀਂ ਬਹੁਤ ਸਾਰੇ ਇਹੋ ਜਿਹੇ ਕਾਰਜ ਕਰਦੇ ਹਾਂ ਜਿਹਦੇ ਨਾਲ ਲੋਕਾਂ ਦੀ ਫਜ਼ੂਲ ਖਰਚੀ ਉਹ ਬੰਦ ਹੋਵੇ ਠੀਕ ਹੈ ਜੀ ਅਤੇ ਲੋਕਾਂ ਦਾ ਸਰਬ ਪੱਖੀ ਵਿਕਾਸ ਹੋਵੇ ਤਾਂ ਕਿ ਜੋ ਖੁੱਲੀਆਂ ਖੁਸ਼ੀਆਂ ਵਰਗੇ ਗਲਤ ਕਦਮਾਂ ਉਹ ਅੱਗੇ ਵਾਸਤੇ ਨਾ ਚੁੱਕੇ ਜਾਣ ਠੀਕ ਹੈ ਜੀ ਧੰਨਵਾਦ ਜੀ ਇਹ ਸਾਡੇ ਨਾਲ ਸੀਗੇ ਵਾਰਡ ਨੰਬਰ 10 ਤੋਂ ਸੁਖਜਿੰਦਰ ਸਿੰਘ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਵੀ ਸਾਡੇ ਕੋਲ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਏ ਅਤੇ ਆਪਣੇ ਵਿਚਾਰ ਸਾਨੂੰ ਦਿੱਤੇ ਧੰਨਵਾਦ ਜੀ ਤੁਹਾਡਾ ਹੁਣ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 8 ਦੇ ਪੰਚ ਸਿਕੰਦਰ ਸਿੰਘ ਜੀ ਇਹਨਾਂ ਨੇ ਵੀ ਆਪਣੇ ਪਿੰਡ ਦੇ ਵਾਸਤੇ ਚੋਣ ਲੜੀ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅਸੀਂ ਇਹਨਾਂ ਨੂੰ ਵੀ ਪੁੱਛਣਾ ਚਾਹੁੰਦੇ ਕਿ ਇਹ ਆਪਣੇ ਵਾਰਡ ਵਾਸਤੇ ਕੀ ਵਾਅਦੇ ਲੈ ਕੇ ਚੋਣਾਂ ਦੇ ਵਿੱਚ ਲੜੇ ਸੀ ਅਤੇ ਕੀ ਉਹਨਾਂ ਨੂੰ ਪੂਰੇ ਕੀਤਾ ਹੈ ਔਰ ਕਦੋਂ ਤੱਕ ਪੂਰੇ ਕਰ ਦੇਣਗੇ ਅਤੇ ਕੀ ਇਹ ਕੰਮ ਕਰਨਗੇ ਆਪਣੇ ਪਿੰਡ ਵਾਸਤੇ ਆਪਾਂ ਗਲੀਆਂ ਨਾਲੀਆਂ ਦਾ ਕੰਮ ਜੀ ਕਿਹੜਾ ਰਹਿੰਦਾ ਗਾ ਠੀਕ ਹੈ ਜੀ ਪੂਰਾ ਕਰਾਂਗੇ ਜੀ ਠੀਕ ਹੈ ਜੀ ਕੋਈ ਵੀ ਆਪਣੇ ਪਿੰਡ ਦਾ ਕੋਈ ਵਿਕਾਸ ਬਾਕੀ ਰਹਿੰਦਾ ਗਾ ਠੀਕ ਹੈ ਉਹ ਵੀ ਕਰਾਂਗੇ ਜੀ ਆਪਾਂ ਠੀਕ ਹੈ ਜੀ ਜਿਹੜੀ ਸਾਰੀ ਪੰਚਾਇਤ ਜੁੱਟ ਇੱਕਜੁੱਟ ਹੋ ਕੇ ਕਰੂਗੀ ਜੀ ਠੀਕ ਹੈ ਜੀ ਕਿ ਤੁਹਾਡਾ ਸਾਰਾ ਤੁਸੀਂ ਪੰਚਾਇਤ ਦੇ ਨਾਲ ਸਰਪੰਚ ਦੇ ਨਾਲ ਸਾਰੇ ਮੈਂਬਰ ਸਹਿਮਤ ਹੋ ਹਾਂਜੀ ਸਾਰੇ ਸਹਿਮਤ ਹੈ ਇੱਕ ਮੁੱਠ ਹੋ ਕੇ ਕੰਮ ਕਰ ਰਹੇ ਹਾਂ ਸਾਰਾ ਮੁੱਠ ਹੋ ਕੇ ਕੰਮ ਕਰ ਰਹੇ ਸਾਡੇ ਨਾਲ ਮੌਜੂਦ ਨੇ ਵਾਰਡ ਨੰਬਰ 4 ਤੋਂ ਜਿਹੜੇ ਕਿ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ ਨੇ ਹਰਜੋਤ ਸਿੰਘ ਜੀ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਉਹਨਾਂ ਨੇ ਆਪਣੇ ਪਿੰਡ ਦੇ ਵਿਕਾਸ ਵਾਸਤੇ ਕੀ ਸੋਚਿਆ ਕੀ ਇਹਨਾਂ ਦੀ ਸੋਚ ਹੈ ਔਰ ਕੀ ਇਹ ਆਪਣੇ ਪਿੰਡ ਦੇ ਵਿਕਾਸ ਵਾਸਤੇ ਕਰਨਾ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਤੁਸੀਂ ਆਪਣੇ ਪਿੰਡ ਦੇ ਵਿਕਾਸ ਬਾਰੇ ਕੀ ਕਰਨਾ ਚਾਹੁੰਦੇ ਹੋ ਅਤੇ ਕੀ ਤੁਹਾਡੀ ਸੋਚ ਹੈ ਜੀ ਇੱਕ ਤਾਂ ਅਸੀਂ ਪੰਚਾਇਤ ਦੇ ਵਿੱਚ ਇਹੀ ਚੀਜ਼ ਹੈ ਜੀ ਵੀ ਅਸੀਂ ਇੱਕ ਮਿਲ ਕੇ ਚਾਹੁੰਦੇ ਹਾਂ ਅਤੇ ਇੱਕ ਸਾਡਾ ਸਰਪੰਚ ਬਗੈਰ ਨਸ਼ੇ ਤੋਂ ਠੀਕ ਹੈ ਜੀ ਨਸ਼ੇ ਤੋਂ ਹੈ ਇੱਕ ਜਿਹੜੇ ਬੱਚੇ ਦੇ ਸਕੂਲ ਦੇ ਉਹਨਾਂ ਦਾ ਵਧੀਆ ਭਵਿੱਖ ਚੱਲ ਰਿਹਾ ਠੀਕ ਹੈ ਜੀ ਸਰਦਾਰ ਗੁਰਸੇਵ ਸਿੰਘ ਪ੍ਰਿੰਸੀਪਲ ਪਿੰਡ ਭਾਈ ਦੇ ਸਾਹ ਉਹਦਾ ਅਸੀਂ ਪੂਰਾ ਜੱਜ ਕੇ ਸਾਥ ਦੇਣਾ ਹੈ ਜੋ ਬੱਚਿਆਂ ਨੂੰ ਉਹ ਅੱਗੇ ਲਿਆਵੇ ਅੱਗੇ ਨਸ਼ਿਆਂ ਤੋਂ ਰਹਿਤ ਕਰਾਵੇ ਅਸੀਂ ਉਹਦੇ ਨਾਲ ਹੱਥ ਜੋੜ ਕੇ ਦੋਨੇ ਸਾਰੀ ਪੰਚਾਇਤ ਉਹਦਾ ਧੰਨਵਾਦ ਕਰਦੇ ਹਾਂ ਅਤੇ ਜਿਹੜਾ ਬੱਚਿਆਂ ਦਾ ਭਵਿੱਖ ਆ ਉਹ ਅੱਗੇ ਵਧਾਵੇ ਅਤੇ ਖਿਡਾਰੀਆਂ ਨੂੰ ਜਦੋਂ ਖਿਡਾਰੀ ਖੇਡਦੇ ਨੇ ਉਹ ਜਦੋਂ ਖੇਡਣਗੇ ਗੇਮ ਖੇਡਣਗੇ ਉਹ ਨਸ਼ਿਆਂ ਤੋਂ ਆਟੋਮੈਟਿਕ ਰਹਿਤ ਹੋ ਜਾਣ ਅਸੀਂ ਇਹ ਨਸ਼ਿਆਂ ਦੀ ਗੱਲ ਤੋਂ ਦੂਰ ਰੱਖ ਕੇ ਖੁਸ਼ ਹਾਂ ਜਿਵੇਂ ਕੌਡੀ ਵਗੈਰਾ ਹੈ ਜਾਂ ਜਿਵੇਂ ਕੋਈ ਬਾਸਟਬਾਲ ਵਗੈਰਾ ਜਾਂ ਕੋਈ ਖੋ ਖਾ ਹੈਗਾ ਅਤੇ ਜਾਂ ਕੋਈ ਵਾਲੀਬਾਲ ਆ ਵੀ ਇਸ ਬਾਰੇ ਅਸੀਂ ਗੁਰਸੇਵ ਸਿੰਘ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਬਾਕੀ ਸੂਰਜ ਨਗਰ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਬੱਚੇ ਜਦੋਂ ਖੇਡਾਂ 'ਚ ਪੈ ਗਏ ਜਿੰਮ ਵਗੈਰੇ 'ਚ ਪੈ ਗਏ ਬੱਚਾ ਨਸ਼ਿਆਂ ਤੋਂ ਆਪੀ ਰਹਿਤ ਹੋ ਜਾਏ ਜੀ ਅਸੀਂ ਪਹੁੰਚ ਚੁੱਕੇ ਹਾਂ ਹੁਣ ਪਿੰਡ ਭੈਣੀ ਬਾਗਾ ਦੇ ਬਾਰਡਰ ਬਕਸ ਦੇ ਗੇਟ 'ਤੇ ਔਰ ਅੰਦਰ ਦੇਖਦੇ ਹਾਂ ਕੁਛ ਝਲਕੀਆਂ ਕਿ ਬਾਰਡਰ ਬਕਸ ਦੀ ਸਾਂਭ ਸੰਭਾਲ ਸਫਾਈ ਕਿਸ ਤਰ੍ਹਾਂ ਦੀ ਹੈ ਕੀਤੀ ਹੋਈ ਇੱਥੇ ਦੇ ਮੁਲਾਜ਼ਮਾਂ ਨੇ ਅਤੇ ਮਿਲ ਗਿਆ ਉਹਨਾਂ ਮੁਲਾਜ਼ਮਾਂ ਨੂੰ ਅਤੇ ਕਰਦੇ ਹਾਂ ਗੱਲਬਾਤ ਮਾਨ ਜਸਵੰਤ ਭੈਣੀ ਬਾਗਾ ਪ੍ਰੋਡਕਸ਼ਨ ਅਤੇ ਅਮਰਜੀਤ ਬੁੱਧਗੜੀਆ ਹੁਸ਼ਿਆਰਪੁਰ ਪੇਸ਼ ਕਰਦੇ ਹਨ ਮੇਰਾ ਪਿੰਡ ਮੇਰੀ ਪੰਚਾਇਤ ਆਪਣੇ ਪਿੰਡ ਵਿੱਚ ਸ਼ੂਟਿੰਗ ਕਰਵਾਉਣ ਲਈ ਸੰਪਰਕ ਕਰੋ
ਇਹ ਜਿਹੜੀ ਆਪਣਾ ਯੂਪੀਏ ਪਲਾਂਟ ਜਰਮਨੀ ਟੈਕਨੋਲੋਜੀ ਨਾਲ ਬਣਿਆ ਹੋਇਆ ਹੈਗਾ। ਇਹਦੇ ਵਿੱਚ ਆਪਣੀ ਫੜਕੜੀ ਦਵਾਈਆਂ ਆਦਿ ਪਾਣੀ ਪੈ ਕੇ ਸਾਫ਼ ਹੋ ਕੇ ਆਪਣੇ ਪਿੰਡ ਨੂੰ ਦੋ ਪਿੰਡਾਂ ਨੂੰ ਜਾ ਰਿਹਾ, ਭੈਣੀ ਬਾਗਾਂ ਅਤੇ ਕੁੱਕੜ ਕਲਾਂ ਨੂੰ। ਅਤੇ ਇਹ ਬਹੁਤ ਵਧੀਆ ਆਪਣੇ ਮਾਨਸਾ ਜ਼ਿਲ੍ਹੇ 'ਚ ਜੋ ਵੀ ਲੱਗੇ ਹੋਏ ਨੇ। ਅੱਛਾ ਜੀ। ਅਤੇ ਆਪਣਾ ਇਹੀ ਚਾਲੂ ਹਾਲਤ 'ਚ ਆ, ਉਹ ਦੂਸਰਾ ਖਰਾਬ ਹੋਇਆ ਪਿਆ। ਠੀਕ ਹੈ। ਅਤੇ ਇੱਥੋਂ ਪਾਣੀ ਸਾਰੇ ਪਿੰਡ ਨੂੰ ਜਾਂਦਾ ਕਿ ਪਸ਼ੂ ਵੀ ਸਾਡੇ ਪਿੰਡ ਦੇ ਹਰ ਵਾਲਾ ਪਾਣੀ ਪੀਂਦੇ ਆ। ਅਤੇ ਇੱਥੋਂ ਜਿਹੜੇ ਬਾਹਰ ਬੱਸਾਂ ਚੱਲਦੀਆਂ ਨੇਗੀਆਂ ਉਹ ਵੀ ਇੱਥੋਂ ਭਰ ਭਰ ਕੇ ਦੂਰ ਦੂਰ ਤਾਈਂ ਪਾਣੀ ਜਾਂਦਾ, ਹਿਮਾਚਲ ਪ੍ਰਦੇਸ਼ ਤਾਈਂ, ਇੱਧਰ ਬਠਿੰਡੇ ਡੱਬਵਾਲੀ ਅੰਮ੍ਰਿਤਸਰ ਤਾਈਂ ਵੀ ਇੱਥੋਂ ਪਾਣੀ ਲੈ ਜਾਂਦੇ ਭਰ ਭਰ। ਅਤੇ ਢੰਗ ਨਾਲ ਸੱਚੇ ਨਾਲ ਇੱਥੋਂ ਪਾਣੀ ਸਾਫ਼ ਹੁੰਦਾ ਹੈਗਾ ਬਟਨ ਬੱਸ ਦਾ। ਅਤੇ ਬਠਿੰਡੇ ਜ਼ਿਲ੍ਹੇ 'ਚ ਪਹਿਲੇ ਨੰਬਰ 'ਤੇ ਹੈ ਜਿੱਦੇ ਦੀ ਹੀ ਬਣਿਆ ਹੈ ਬਟਨ ਬੱਸ। ਵਾਕਈ ਬਹੁਤ ਵਧੀਆ ਵਾਟਰ ਬਕਸ ਹੈ ਔਰ ਬਹੁਤ ਹੀ ਸਹੂਲਤਾਂ, ਬਹੁਤ ਹੀ ਵਧੀਆ ਫੁਲਵਾੜੀ ਪਾਰਕ ਔਰ ਬਹੁਤ ਹੀ ਵਧੀਆ ਸਾਂਭ ਸੰਭਾਲ ਇੱਥੋਂ ਦੇ ਮੁਲਾਜ਼ਮਾਂ ਨੇ ਜੀ ਕੀਤੀ ਹੋਈ ਹੈ। ਹੁਣ ਸਾਡੇ ਨਾਲ ਮੌਜੂਦ ਨੇ ਪਿੰਡ ਭੈਣੀ ਬਾਗਾ ਦੇ ਵਾਰਡ ਨੰਬਰ 2 'ਚੋਂ ਚੁਣੇ ਗਏ ਜਿਹੜੇ ਪੰਚ ਅੱਕੀ ਕੌਰ, ਔਰ ਉਹਨਾਂ ਨੂੰ ਪੁੱਛਦੇ ਹਾਂ ਕਿ ਆਪਣੇ ਜਿੰਨੇ ਵੀ ਵੋਟਾਂ ਪਾਉਣ ਵਾਲੇ ਉਹਨਾਂ ਦੇ ਨਾਲ ਸਹਿਯੋਗੀ ਲੋਕ ਜੁੜੇ ਹੋਏ ਨੇ, ਉਹਨਾਂ ਦੇ ਵਾਸਤੇ ਕੀ ਇਹਨਾਂ ਨੇ ਵਾਅਦੇ ਕੀਤੇ ਆ ਅਤੇ ਕੀ ਇਹ ਪਿੰਡ ਦੇ ਵਿਕਾਸ ਵਾਸਤੇ ਕਰਨਗੇ? ਅਸੀਂ ਪਿੰਡ ਦਾ ਕੰਮ ਕਾਰ ਕਰਾਂਗੇ ਵਧੀਆ, ਪੰਚਾਇਤ ਦੇ ਨਾਲ ਸਹਿਯੋਗ ਦੇਵਾਂਗੇ, ਪਿੰਡ ਨਾਲ ਸਾਨੂੰ ਵੋਟਾਂ ਪਾਉਣਾ, ਅਸੀਂ ਉਹਨਾਂ ਦਾ ਵਧੀਆ ਕੰਮ ਧੰਦਾ ਕਰਾਂਗੇ, ਰੀਆਂ ਬਣੀਆਂ ਬਣਾਵਾਂਗੇ, ਜੋ ਪਿੰਡ 'ਚ ਬੂਝੇ ਲੱਗਣ ਵਾਲੇ ਆ ਉਹ ਵੀ ਲਾਵਾਂਗੇ, ਅਤੇ ਜੋ ਕੋਈ ਨਰੇਗਾ ਦਾ ਕੰਮ ਆ ਉਹ ਵੀ ਅਸੀਂ ਵਧੀਆ ਕਰਾਂਗੇ, ਅਤੇ ਜੋ ਵੀ ਪੰਚਾਇਤੀ ਕੰਮ ਨੇ ਅਸੀਂ ਸਾਰੇ ਕਰਕੇ, ਜਿਹੜਾ ਉਹ ਪੈਨਸ਼ਨਾਂ ਲੱਗਣ ਵਾਲੀਆਂ ਉਹ ਵੀ ਲਾਵਾਂਗੇ, ਜੋ ਖੇਡਾਂ ਹੁੰਦੀਆਂ ਨੇਗੀਆਂ ਸਕੂਲ ਦੀਆਂ ਉਹ ਵੀ ਕਰਵਾਵਾਂਗੇ, ਅਤੇ ਜੋ ਆਹ ਨਸ਼ਾ ਵਾਲੇ ਬੱਚੇ ਨੇਗੇ ਉਹ ਵੀ ਨਸ਼ਾ ਛਡਾਵਾਂਗੇ, ਉਹਨਾਂ ਦਾ ਕੈਂਪ ਵੀ ਲਵਾਵਾਂਗੇ, ਖੂਨਦਾਨ ਵਾਲਾ ਉਹ ਵੀ ਜੀ ਕਰਵਾਵਾਂਗੇ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ। ਅੱਜ ਗੁਰਦੁਆਰਾ ਰਕਾਬਸਰ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਭੈਣੀ ਬਾਗਾ ਜ਼ਿਲ੍ਹਾ ਮਾਨਸਾ ਵਿਖੇ ਬਾਬਾ ਮੋਤੀ ਰਾਮ ਜੀ ਵੈਲਫੇਅਰ ਸਭਾ ਸੁਸਾਇਟੀ ਦੇ ਵੱਲੋਂ ਸਮੁੱਚੀ ਗ੍ਰਾਮ ਪੰਚਾਇਤ ਪਿੰਡ ਭੈਣੀ ਬਾਗਾ ਦੇ ਸਹਿਯੋਗ ਦੇ ਨਾਲ ਅਤੇ ਸਾਡੇ ਵੱਡੇ ਵੀਰ ਡਾਕਟਰ ਜਗਸੀਰ ਸਿੰਘ ਜੀ, ਡਾਕਟਰ ਸੁਖਦੀਪ ਸਿੰਘ ਜੀ ਪਿੰਡ ਭੈਣੀ ਬਾਗਾ, ਉਹਨਾਂ ਦੇ ਅਣਥੱਕ ਯਤਨਾਂ ਦੇ ਸਦਕਾ ਗੁਰਦੁਆਰਾ ਰਕਾਬਸਰ ਸਾਹਿਬ ਵਿਖੇ ਅੱਖਾਂ ਦਾ ਮੁਫਤ ਕੈਂਪ ਲਾਇਆ ਗਿਆ, ਜਿਸ ਦੇ ਵਿੱਚ ਗੁਪਤਾ ਹੌਸਪੀਟਲ ਬਠਿੰਡਾ ਦੇ ਡਾਕਟਰ ਸਾਹਿਬਾਨਾਂ ਦੀ ਟੀਮ ਪਹੁੰਚੀ। ਉਹ ਮਰੀਜ਼ਾਂ ਦਾ ਚੈੱਕਅਪ ਬੜੇ ਪਿਆਰ ਸਹਿਜ ਸਤਿਕਾਰ ਦੇ ਨਾਲ ਸਾਰੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਹਨ, ਜਿਨ੍ਹਾਂ ਮਾਤਾਵਾਂ ਦੀ, ਬਜ਼ੁਰਗਾਂ ਦੀ ਨਜ਼ਰ ਬਹੁਤ ਜ਼ਿਆਦਾ ਘੱਟ ਹੈ ਉਹਨਾਂ ਦੇ ਮੁਫਤ ਦੇ ਵਿੱਚ ਅੱਖਾਂ ਦੇ ਵਿੱਚ ਲੈਂਜ ਪਾਏ ਜਾਣਗੇ, ਅਤੇ ਜਿਨ੍ਹਾਂ ਮਰੀਜ਼ਾਂ ਨੂੰ ਕੋਈ ਅੱਖਾਂ ਦੀ ਹੋਰ ਤਕਲੀਫ ਹੈ ਉਹਨਾਂ ਨੂੰ ਵੀ ਡਾਕਟਰ ਸਾਹਿਬਾਨਾਂ ਦੇ ਵੱਲੋਂ ਮੈਡੀਸਨ ਦਵਾਈ ਦਿੱਤੀ ਜਾ ਰਹੀ ਹੈ। ਅਸੀਂ ਸਾਰੇ ਨਗਰ ਨਿਵਾਸੀਆਂ ਦਾ ਜੋ ਵੀ ਦੂਰੋਂ ਨੇੜਿਓਂ ਚੱਲ ਕੇ ਇਸ ਕੈਂਪ ਦੇ ਵਿੱਚ ਹਾਜ਼ਰੀ ਭਰ ਰਹੇ ਹਨ, ਸਾਰੇ ਮਰੀਜ਼ ਸਾਹਿਬਾਨਾਂ ਦਾ, ਸੇਵਾਦਾਰਾਂ ਦਾ, ਕਲੱਬ ਦੇ ਵਲੰਟੀਅਰ ਵੀਰਾਂ ਦਾ, ਜਿਨ੍ਹਾਂ ਦੇ ਯਤਨਾਂ ਦੇ ਨਾਲ ਸਾਨੂੰ ਇਹ ਅੱਜ ਦਾ ਕੈਂਪ ਲਾਉਣ ਦਾ ਮਾਣ ਪ੍ਰਾਪਤ ਹੋਇਆ ਹੈ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਗ੍ਰਾਮ ਪੰਚਾਇਤ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਮੇਂ ਸਿਰ ਪਹੁੰਚ ਕੇ ਸਾਨੂੰ ਕੈਂਪ ਦੇ ਵਿੱਚ ਸਾਡੀ ਹੌਸਲਾ ਭਜਾਈ ਕੀਤੀ ਹੈ, ਮਾਣ ਦਿੱਤਾ ਹੈ। ਅਤੇ ਸਭ ਤੋਂ ਵੱਧ ਸਤਿਕਾਰ ਬਾਬਾ ਮੋਤੀ ਰਾਮ ਜੀ ਸਭਾ ਸੁਸਾਇਟੀ ਦਾ ਹੈ, ਜਿਨ੍ਹਾਂ ਦੇ ਨੌਜਵਾਨਾਂ ਦੇ ਵੱਲੋਂ ਸਮੇਂ ਸਮੇਂ 'ਤੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਜਿਸ ਤਰ੍ਹਾਂ ਨਗਰ ਦੇ ਵਿੱਚ ਬਲੱਡ ਕੈਂਪ ਲਾਉਣੇ ਅਤੇ ਸੰਗਤਾਂ ਦੇ ਵਾਸਤੇ ਸਮੇਂ ਸਮੇਂ 'ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕਰਨਾ, ਅਤੇ ਉਸ ਲੜੀ ਦੇ ਤਹਿਤ ਹੀ ਅੱਜ ਅੱਖਾਂ ਦਾ ਕੈਂਪ ਵੀ ਲਾਇਆ ਗਿਆ ਹੈ। ਸੁਸਾਇਟੀ ਦੇ ਵੱਲੋਂ ਨਗਰ ਦੇ ਵਿੱਚ
ਬੜੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਨਗਰ ਦੇ ਵਿੱਚ ਸਮੂਹ ਨਗਰ ਦੀ ਪਿੰਡ ਦੀ ਸਫਾਈ ਦੇ ਹਿੱਤ ਸਜਾਵਟ ਦੇ ਹਿੱਤ ਪੌਦੇ ਲਾਏ ਜਾ ਰਹੇ ਹਨ, ਸਜਾਵਟ ਦੇ ਵਾਸਤੇ ਸੁੰਦਰ ਅਤੇ ਹੋਰ ਵੀ ਜੋ ਸਮਾਜ ਸੇਵੀ ਕੰਮ ਹਨ ਸਾਡੇ ਵੀਰ ਵੱਧ ਚੜ੍ਹ ਕੇ ਕਰ ਰਹੇ ਹਨ। ਅਸੀਂ ਅੱਗੇ ਤੋਂ ਵੱਧ ਨਗਰ ਦੇ ਵੀਰ ਨੌਜਵਾਨ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦੇਈਏ ਅਤੇ ਗ੍ਰਾਮ ਪੰਚਾਇਤ ਦਾ ਸਹਿਯੋਗ ਦੇਈਏ ਤਾਂ ਕਿ ਸਾਡੇ ਨਗਰ ਦੇ ਵਿੱਚ ਵਿਕਾਸ ਦੇ ਕਾਰਜ ਵੱਧ ਤੋਂ ਵੱਧ ਹੋ ਸਕਣ ਅਤੇ ਨਗਰ ਪਿੰਡ ਭੈਣੀ ਵਾਹਗਾ ਪੰਜਾਬ ਦੇ ਨਕਸ਼ੇ ਦੇ ਉੱਤੇ ਆ ਸਕੇ। ਅੱਜ ਅਸੀਂ ਸਾਰੇ ਪਹੁੰਚੇ ਹੋਏ ਵੀਰਾਂ ਦਾ, ਮਰੀਜ਼ ਸਾਹਿਬਾਨਾਂ ਦਾ, ਸਭ ਦਾ ਧੰਨਵਾਦ ਕਰਦੇ ਹਾਂ।
ਮਾਨ ਜਸਵੰਤ ਭੈਣੀ ਬਾਗਾ ਪ੍ਰੋਡਕਸ਼ਨ ਅਤੇ ਅਮਰਜੀਤ ਬੁੱਧਗੜੀਆ ਹੁਸ਼ਿਆਰਪੁਰ ਪੇਸ਼ ਕਰਦੇ ਹਨ ਮੇਰਾ ਪਿੰਡ ਮੇਰੀ ਪੰਚਾਇਤ। ਆਪਣੇ ਪਿੰਡ ਵਿੱਚ ਸ਼ੂਟਿੰਗ ਕਰਵਾਉਣ ਲਈ ਸੰਪਰਕ ਕਰੋ।